ਰੇਡੀ ਦਿਨ ਪ੍ਰਤੀ ਦਿਨ ਹਰ ਪੱਖ ਤੋਂ ਸੂਬੇ ਦੇ ਹਾਲਾਤ ਵਿਗੜਦੇ ਜਾ ਰਹੇ ਹਨ ਜੋ ਸਰਕਾਰ ਲਈ ਵੱਡੀ ਚੁਣੌਤੀ ਬਣੇ ਹੋਏ ਹਨ ਡੰਡੀ ਹਾਲਾਤ ਨੂੰ ਸੰਭਾਲਣ ਅਤੇ ਸੂਬੇ ਦੀ ਢਾਮਾਡੋਲ ਆਰਥਿਕਤਾ ਨੂੰ ਸਥਿਰ ਕਰਕੇ ਵਿਕਾਸ ਦੀਆਂ ਯੋਜਨਾਵਾਂ ਨੂੰ ਅੱਗੇ ਤੋਰਨ ਸੰਬੰਧੀ ਹਾਲੇ ਤੱਕ ਸਰਕਾਰ ਦੀ ਕੋਈ ਭੁਗਤਾ ਯੋਜਨਾ ਬੰਦੀ ਸਾਹਮਣੇ ਨਹੀਂ ਆਈ ਦੰਦੀ ਆਪਣੇ ਅਕਸ ਨੂੰ ਸਵਾਰਨ ਦੇ ਯਤਨ ਵਿੱਚ ਪ੍ਰਸ਼ਾਸਨ ਨੇ ਵਿਰੋਧੀ ਪਾਰਟੀਆਂ ਦੇ ਛੋਟੇ ਵੱਡੇ अनेका ਆਗੂਆਂ ਦੇ ਪੁਰਾਣੇ ਭ੍ਰਿਸ਼ਟਾਚਾਰ ਦੇ ਕੇਸ ਖੋਲ ਕੇ ਉਹਨਾਂ ਵਿਰੁੱਧ ਕਾਰਵਾਈ ਕਰਨ ਵਿੱਚ ਤੇਜੀ ਲਿਆਂਦੀ ਹੈ ਡੰਡੀ ਪਰ ਹਰ ਪੱਧਰ ਉੱਤੇ ਹੋ ਰਹੇ ਪ੍ਰਸ਼ਤਾਚਾਰ ਨੂੰ ਕਾਬੂ ਕਰਨ ਲਈ ਕੋਈ ਅਜਿਹੀ ਯੋਜਨਾ ਨਹੀਂ ਬਣਾਈ ਗਈ ਜਿਸ ਦੇ ਪਵਿੱਖ ਵਿੱਚ ਚੰਗੇ ਨਤੀਜੇ ਸਾਹਮਣੇ ਆ ਸਕਣ ਡੰਡੀ ਸਿਹਤ ਸੇਵਾਵਾਂ ਸੰਬੰਧੀ ਮਹੱਲਾਕਲੀਨ ਕਾਂ ਦੇ ਨਾ ਉੱਤੇ ਵੀ ਕਾਫੀ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਹੈ ਪਰ ਹੁਣ ਤੱਕ ਕੁਝ ਥਾਵਾਂ ਉੱਤੇ ਹੀ ਇਹਨਾਂ ਦੀ ਸਥਾਪਨਾ ਹੋਈ ਹੈ ਡੰਡੀ ਸਮੁੱਚੇ ਤੌਰ ਤੇ ਰਾਜ ਦੀਆਂ ਸਿਹਤ ਸੇਵਾਵਾਂ ਵਿੱਚ ਇਹਨਾਂ ਦਾ ਕੋਈ ਵੱਡਾ ਹਾਂ ਪੱਖੀ ਅਸਰ ਦੇਖਣ ਨੂੰ ਅਜੇ ਨਹੀਂ ਮਿਲਿਆ ਡੰਡੀ ਪਿੰਡਾਂ ਕਸਬਿਆਂ ਅਤੇ ਛੋਟੇ ਸ਼ਹਿਰਾਂ ਵਿੱਚ ਸੇਵਾਵਾਂ ਦੀ ਹਾਲਤ ਤਰਸਮਜੋਗ ਬਣੀ ਹੀ ਨਜ਼ਰ ਆਉਂਦੀ ਹੈ ਡੰਡੀ ਨਸ਼ਿਆਂ ਦਾ ਵਰਤਾਰਾ ਤਾਂ ਹੁਣ ਤਤਕਾਲੀ ਸਰਕਾਰਾਂ ਦੇ ਬੱਸ ਦੀ ਗੱਲ ਨਹੀਂ ਜਾਪਦਾ ਇਸ ਲਈ ਸ਼ਾਇਦ ਇਸ ਵਿਸ਼ੇ ਉੱਤੇ ਪ੍ਰਸ਼ਾਸਨਿਕ ਪੱਧਰ ਉੱਤੇ ਗੱਲ ਕਰਨੀ ਵੀ ਬੰਦਾ ਕਰ ਦਿੱਤੀ ਗਈ ਹੈ ਡੰਡੀ ਆਉਂਦੇ ਸਮੇਂ ਵਿੱਚ ਇਹ ਗੰਭੀਰ ਸਮੱਸਿਆ ਪੰਜਾਬ ਦੀ ਹੋਣੀ ਲਈ ਰੈਡੀ ਵੱਡੀ ਚੁਣੌਤੀ ਬਣ ਸਕਦੀ ਹੈ ਡੰਡੀ ਅਮਲੀ ਰੂਪ ਵਿੱਚ ਕਿਸਾਨੀ ਤੇ ਖੇਤੀ ਸੰਕਟ ਦੇ ਹੱਲ ਲਈ ਜੋ ਕੁਝ ਕੀਤਾ ਜਾਣਾ ਬਣਦਾ ਹੈ ਉਸ ਦੀ ਅਜੇ ਕੋਈ ਸਭਾਵਨਾ ਨજર ਨਹੀਂ ਆਉਂਦੀ ਡੰਡੀ ਨਾ ਹੀ ਸਿੱਧਾ ਝੋਨਾ ਵਿਜਭਾਉਣ ਦੇ ਆਪਣੇ ਯਤਨਾਂ ਵਿੱਚ ਨਾ ਹੀ ਪਾਣੀ ਬਚਾਉਣ ਸੰਬੰਧੀ ਕੀਤੇ ਗਏ ਯਤਨਾਂ ਵਿੱਚ ਅਤੇ ਨਾ ਹੀ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਕਿਸਾਨਾਂ ਨੂੰ ਪ੍ਰੇਰਣ ਵਿੱਚ ਸਰਕਾਰ ਸਫਲ ਹੋ ਸਕੀ ਹੈ ਡੰਡੀ ਮਿਲੀਆਂ ਸੂਚਨਾਵਾਂ ਅਨੁਸਾਰ ਇਸ ਵਾਰ ਤਾਂ ਇਸ ਵਰਤਾਰੇ ਨੇ ਪੰਜਾਬ ਅਤੇ ਹਰਿਆਣਾ ਹੀ ਨਹੀਂ ਸਗੋਂ ਦਿੱਲੀ ਨੂੰ ਵੀ ਤੁਆਖ ਕੇ ਰੱਖ ਦਿੱਤਾ ਹੈ ਡੰਡੀ ਜੇ ਰਾਜ ਦੀ ਆਰਥਿਕਤਾ ਦੀ ਗੱਲ ਕਰੀਏ ਤਾਂ ਮਿਲੇ ਤਾਜ਼ਾ ਅੰਕੜਿਆਂ ਮੁਤਾਬਕ ਜ਼ਮੀਨੀ ਮਾਲੀਆ ਅਸਤਾਮ ਡਿਊਟੀ ਜੀਐਸਟੀ ਅਤੇ ਪੰਟਰੋਲੀਅਮ ਪਦਾਰਥਾਂ ਦੇ ਟੈਕਸ ਆਦਤੋਂ ਵਸੂਲੀ ਵਿੱਚ ਵੀ ਸਰਕਾਰ ਨੂੰ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦ ਕਿ ਸ਼ਰਾਬ ਨੀਤੀ ਨਾਲ ਮਾਲੀਆ ਵਧਣ ਦੀਆਂ ਖਬਰਾਂ ਵੀ ਅਧੀਆਂ ਅਧੂਰੀਆਂ ਹੀ ਰਹਿ ਗਈਆਂ ਜਾਪਦੀਆਂ ਹਨ ਡੰਡੀਆਂ ਮੁਫਤ ਦੀਆਂ ਰਿਓੜੀਆਂ ਵੰਡਣ ਦੇ ਕੀਤੇ ਵਾਅਦਿਆਂ ਨੂੰ ਪੂਗਾਉਣ ਅਤੇ ਪਿਛਲੇ ਚੁੱਕੇ ਗਏ ਕਰਜ਼ਿਆਂ ਦੇ ਭੁਗਤਾਨ ਲਈ ਪਿਛਲੇ 6 ਮਹੀਨਿਆਂ ਵਿੱਚ ਸਰਕਾਰ ਨੇ 11.5 ਹਜ਼ਾਰ ਕਰੋੜ ਦੇ ਲਗਭਗ ਨਵੇਂ ਹੋਰ ਕਰਜ਼ਾ ਚੁੱਕ ਲਿਆ ਹੈ ਅਤੇ ਪਿਛਲੇ 6 ਮਹੀਨਿਆਂ ਦੌਰਾਨ ਸਰਕਾਰ ਨੇ 7800 ਕਰੋੜ ਰੁਪਏ ਤਾਂ ਸਿਰਫ ਕਰਜ਼ੇ ਦਾ ਵਿਆਜ ਦਨ ਵਿੱਚ ਹੀ ਖਰਚ ਕਰ ਦਿੱਤੇ ਹਨ ਡੰਡੀ ਆਉਂਦੇ ਸਮੇਂ ਵਿੱਚ ਲਗਾਤਾਰ ਇਹ ਵਿਆਜ ਕਿਵੇਂ ਦੇਣਾ ਹੈ ਇਸ ਦੀ ਹਾਲੇ ਤੱਕ ਸਮਝ ਸ਼ਾਇਦ ਸੰਬੰਧਿਤ ਅਫਸਰ ਸਾਹੀ ਨੂੰ ਵੀ ਨਾ ਆਈ ਹੋਵੇ ਡੰਡੀ